गाइस मॉर्निंग हो गई है तनु इथे दा व्यू चेक करावा आ देखो मॉर्निंग हले 7 बज रहे है ते असि हले नाल चले आ मैं ता हुने सो के उठया सीगा तनु तैयार होके एक बारी मिलांगे तैयार हो यस बेबी ओके बेबी लेट्स गो बेबी डे 3 गोविंद घाट तो गोविंद धाम जा रहे है सी ते मौसम चेक करो सामने ਸਾਰਾ ਚ ਵਧੀਆ ਧੁੱਪ ਨਿਕਲੀ ਹੋਈ ਆ ਹਾਂਜੀ ਹਾਂਜੀ ਬਿਲਕੁਲ ਉਹ ਐਣਕਾ ਲਾ ਕੇ ਕਹਿੰਦੇ ਟਾਵਰ ਕੱਢਣੀ ਆ ਪੂਰੀ ਨੀਚੇ ਹੁਣ ਠੀਕ ਆ ਲਓ ਜੀ ਬਈ ਜੀ ਕੀ ਹੋਰ ਨਹੀਂ ਗੱਲਬਾਤ ਬਣੀ ਨਹੀਂ ਥੱਲੇ ਥੱਲੇ ਪਾਣੀ ਪਊਗੀ ਉਹ ਲੜ ਥੋੜਾ ਨਾ ਥੱਲੇ ਖਿੱਚੀ ਆ ਕੁਛ ਨਹੀਂ ਆ ਕੁਛ ਨਹੀਂ ਆ ਹਾਂ ਹੁਣ ਬਣੀ ਗੱਲ ਵੀ ਗੱਲ ਸਾਰਿਆਂ ਨੂੰ ਮੇਰੇ ਗਾਈਸ ਮੈਂ ਵੀ ਰੈਡੀ ਆ ਇਹ ਤਾਂ ਮੈਂ ਜੈਕਟ ਉਦਾਂ ਹੀ ਪਾਈ ਆ ਉੱਪਰ ਲੋਡ ਹੋਊਗੀ ਹਲੇ ਤਾਂ ਇੱਥੇ ਗਰਮੀ ਆ ਬਸ ਅਸੀਂ ਨਿਕਲਣ ਲੱਗੇ ਆ ਸ਼ੇਡ ਦੱਸਿਓ ਮੇਰੇ ਕਿੱਦਾਂ ਲੱਗ ਰਿਹਾ ਕੱਲ ਪਤਾ ਕੀ ਹੋਇਆ ਇਹ ਜੋ ਲੈਂਸ ਹੈਗਾ ਦੇਖੋ ਇੱਕ ਬਲੈਕ ਆ ਬਾਕੀ ਗੋਲਡਨ ਗੋਲਡਨ ਦਿਖ ਰਿਹਾ ਤੇ ਆਪਾਂ ਚੇਂਜ ਕਰਨੇ ਆ ਤੇ ਯਾਰ ਕੱਲ ਨਾ ਇੱਕ ਲੈਂਸ ਟੁੱਟ ਗਿਆ ਸੀਗਾ ਇਹਦਾ ਤੇ ਮੈਂ ਹੁਣ ਸਾਰੇ ਲਾ ਦੇਣੇ ਆ ਤੇ ਇਹਦੇ ਨਾਲ ਨਾ ਥੋੜੀ ਜਿਹੀ ਕੁਆਲਿਟੀ ਵੀ ਗਿਰ ਜਾਂਦੀ ਆ ਆਪਾਂ ਇਹਨੂੰ ਉਤਾਰ ਕੇ ਵੀਡੀਓਜ਼ ਬਣਾਵਾਂਗੇ ਅੱਜ ਇੱਥੇ ਸਨਸਕ੍ਰੀਨਾਂ ਲੱਗ ਰਹੀਆਂ ਤੇ ਫਟਾਫਟ ਲਗਾ ਕੇ ਚੱਲੀਏ ਕਿਉਂਕਿ ਇੱਥੇ ਬੜੀ ਲੋੜ ਪੈਂਦੀ ਆ ਜੇ ਤੁਸੀਂ ਵੀ ਆ ਰਹੇ ਹੋ ਤਾਂ ਨਾਲ ਜ਼ਰੂਰ ਲੈ ਕੇ ਆਇਓ ਬਹੁਤ ਜ਼ਰੂਰੀ ਚੀਜ਼ ਆ ਨਹੀਂ ਤਾਂ ਟੈਨਿੰਗ ਬਹੁਤ ਹੋ ਜਾਂਦੀ ਆ ਧੁੱਪ ਇੱਕਦਮ ਤਿੱਖੀ ਪੈਂਦੀ ਆ ਨਾ ਪਹਾੜਾ ਕਰਕੇ ਹਾਂ ਟੈਨਿੰਗ ਜ਼ਿਆਦਾ ਹੋ ਜਾਂਦੀ ਆ ਅਸੀਂ ਇੱਥੋਂ ਦੀ ਨਿਕਲ ਰਹੇ ਹਾਂ ਬੈਗ ਤਿਆਰ ਹੈ ਅਤੇ ਇਹ ਬੈਗ ਅਸੀਂ ਛੱਡ ਦੇਣੇ ਇੱਥੇ ਅਤੇ ਇੱਕ ਮੈਂ ਪਿੱਠੂ ਬੈਗ ਲਿਆ ਹੋਇਆ ਆਪਣੇ ਨਾਲ ਦਿਖਾਉਂਦਾ ਤੁਹਾਨੂੰ ਮੈਂ ਇਹ ਵਾਲਾ ਬੈਗ ਅਸੀਂ ਰੱਖ ਦੇਣਾ ਹੈ ਇਹ ਵਾਲਾ ਨਾਲ ਲੈ ਕੇ ਜਾਣਾ ਬਾਕੀ ਸਾਰੇ ਬੈਗ ਸਾਡੇ ਕਾਰ 'ਚ ਰਹਿਣੇ ਆ ਸਮਾਨ ਕੋਸ਼ਿਸ਼ ਕਰਿਆ ਕਰੋ ਕਿ ਘੱਟ ਤੋਂ ਘੱਟ ਲੈ ਕੇ ਜਾਇਓ ਜਿੰਨਾ ਹਲਕਾ ਹੋਊਗਾ ਉਨਾ ਚੜ੍ਹਾਈ ਕਰਨਾ ਸੌਖਾ ਹੋਊਗਾ ਅਤੇ ਮੇਰਾ ਬੈਗ ਥੋੜ੍ਹਾ ਜਿਹਾ ਭਾਰੀ ਹੋ ਗਿਆ ਅਤੇ ਉਸ ਤੋਂ ਬਾਅਦ ਮੇਰੇ ਕੋਲ ਇੱਕ ਜੈਕਟ ਵੀ ਹੈਗੀ ਆ ਅਤੇ ਬਾਕੀ ਪਤਾ ਨਹੀਂ ਮੌਸਮ 'ਤੇ ਡਿਪੈਂਡ ਕਰਦਾ ਮੌਸਮ ਕਿੱਦਾਂ ਦਾ ਰਹਿੰਦਾ ਵੈਸੇ ਮੌਸਮ ਅੱਜ ਵਧੀਆ ਪਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇੰਨੀ ਜੈਕਟ ਦੀ ਲੋੜ ਪਊਗੀ ਚੱਲੀਏ ਚਲੋ ਇੱਥੇ ਦੀ ਗੱਡੀਆਂ ਉੱਪਰ ਜਾਂਦੀਆਂ ਅਤੇ ਉੱਪਰ ਜਿੱਥੇ ਟਰੈਕ ਸ਼ੁਰੂ ਹੋਣਾ ਉੱਥੇ ਛੱਡ ਦਿੰਦੀਆਂ ਗੱਡੀਆਂ ਅਤੇ ਬਸ ਹੁਣ ਅਸੀਂ ਗੱਡੀਆਂ 'ਚ ਬਹਿਣ ਲੱਗੇ ਹਾਂ ਫਿਰ ਆਪਣਾ ਟਰੈਕ ਸ਼ੁਰੂ ਹੋਊਗਾ ਰੈਡੀ ਗੱਡੀ ਕਿਹੜੀ ਕਹਿਣ ਵਾਲਾ ਅੱਗੇ ਸਾਰਾ ਬੋਨਟ ਦਿਖਦਾ ਚਲੋ ਯਾਰ ਪਹੁੰਚ ਗਏ ਅਤੇ ਇੱਥੋਂ ਦੀ ਆਪਣੀ ਮੇਨ ਟਰੈਕਿੰਗ ਸ਼ੁਰੂ ਆ ਹੁਣ ਲਿਆਓ ਬੈਗ ਚੱਕੀਆ ਮੈਂ ਤਾਂ ਬੈਗ ਵੀ ਭਾਰਾ ਚੱਕ ਲਿਆ ਰੈਡੀ ਹੋਰ ਅੱਗ ਲੱਗ ਗਈ ਆ ਅੱਗ ਲੱਗੀ ਅੱਗ ਯਾਰ ਖੁਦ ਜਾ ਰਿਹਾ ਅੱਗ ਲੱਗ ਗਈ ਉੱਪਰ ਉੱਪਰ ਜਾ ਰਿਹਾ ਇਹ ਜਗ੍ਹਾ ਹੈਗੀ ਜਿੱਥੇ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਅਤੇ ਇੱਥੇ ਆ ਕੇ ਪਹਿਲਾਂ ਰਜਿਸਟਰ ਕਰਾਉਣਾ ਪੈਂਦਾ ਚੜ੍ਹਾਈ ਚੜ੍ਹਨ ਤੋਂ ਪਹਿਲਾਂ ਅਤੇ ਮੇਰੇ ਕੋਲ ਇੱਥੇ ਬੈਂਡ ਹੈਗਾ ਇਹਨਾਂ ਨੇ ਬੈਂਡ ਜਿਹਾ ਬਣਾ ਕੇ ਦਿੱਤਾ ਅਤੇ ਇਹ ਸੰਭਾਲ ਕੇ ਰੱਖਣਾ ਅਤੇ ਹੁਣ ਟਰੈਕ ਸ਼ੁਰੂ ਆਪਣਾ ਅਤੇ ਚੱਲਦੇ ਹਾਂ ਤੁਹਾਨੂੰ ਸੋਹਣੇ ਸੋਹਣੇ ਵਿਊਜ਼ ਦਿਖਾਵਾਂਗੇ ਅਤੇ ਟਰੈਕ 'ਚ ਜੋ ਜੋ ਤੁਹਾਨੂੰ ਵਧੀਆ ਲੱਗੂਗਾ ਸਭ ਦਿਖਾਵਾਂਗੇ ਵੀ ਇਹ ਬਾਕੀ ਸਾਰੇ ਮੈਨੂੰ ਛੱਡ ਕੇ ਚੱਲ ਗਏ ਆ ਅੱਗੇ ਮੇਰੀ ਰਜਿਸਟ੍ਰੇਸ਼ਨ ਲਾਸਟ 'ਚ ਹੋਈ ਆ ਬਾਕੀਆਂ ਨੇ ਪਹਿਲਾਂ ਹੀ ਕਰਾ ਲਈ ਸੀ ਰਜਿਸਟ੍ਰੇਸ਼ਨ ਮੇਰੀ ਲਾਸਟ 'ਚ ਹੋਈ ਆ ਕੀ ਗੱਲ ਜਾਣਾ ਨਹੀਂ ਚਲੋ ਮੈਂ ਚੱਲਿਆ ਫਿਰ ਇੱਥੇ ਉੱਪਰ ਸਮਾਨ ਲੈ ਕੇ ਜਾਇਆ ਜਾ ਰਿਹਾ ਇਹਨਾਂ 'ਤੇ ਸਟਿੰਗ ਦੀਆਂ ਬੋਤਲਾਂ ਟੰਗੀਆਂ ਹੋਈਆਂ ਉੱਧਰ ਦੇਖੋ ਪਾਣੀ ਦੀਆਂ ਬੋਤਲ ਕਿੰਨਾ ਭਾਰ ਟੰਗਿਆ ਇਹਨਾਂ 'ਤੇ ਔਖਾ ਹੀ ਆ ਉਹ ਭਰਾਵਾ ਤੁਹਾਨੂੰ ਫੜਨ ਦੇ ਚੱਕਰ 'ਚ ਮੈਂ ਤੇਜ਼ 'ਤੇ ਤੁਰਿਆ ਮੈਂ ਕਿਹਾ ਚਲੋ ਫਟਾਫਟ ਤੁਰ ਕੇ ਚੱਲਦਾ ਆਓ ਔਫ ਰੋਡ ਹੋ ਗਈ ਅਸੀਂ ਇੱਥੇ ਇਹ ਗੱਲ ਹੈ ਜੇ ਆਪਾਂ ਤੇਜ਼ ਤੇਜ਼ ਚੜ੍ਹਨ ਦੀ ਕੋਸ਼ਿਸ਼ ਕਰਾਂਗੇ ਉਨਾ ਹੀ ਥੱਕ ਜਾਵਾਂਗੇ ਇਹ ਪਤਾ ਨਹੀਂ ਕਿੱਦਾਂ ਚੱਕ ਚੱਕ ਕੇ ਲੈ ਜਾਂਦਾ ਏਡਾ ਏਡਾ ਸਮਾਨ ਹੈਨਾ ਆਦਤ ਬਣੀ ਪਈ ਹੈ ਇਹਨਾਂ ਦੀ ਤਾਂ ਮੈਂ ਇੱਕ ਚੀਜ਼ ਚੇਂਜ ਕਰ ਲਈ ਆ ਕਿਉਂਕਿ ਧੁੱਪ ਬਹੁਤ ਜ਼ਿਆਦਾ ਇੱਥੇ ਇੱਕ ਬੈਗ ਅੱਗੇ ਟੰਗ ਲੈ ਜੀ ਬੈਗ ਅੱਗੇ ਟੰਗ ਲਓ ਬੈਗ ਪਿੱਛੇ ਟੰਗ ਲੈਣਾ ਬੈਗ ਪਿੱਛੇ ਨੂੰ ਖਿੱਚਦਾ ਚੜ੍ਹਦੇ ਤਾਂ ਜ਼ਿਆਦਾ ਔਖਾ ਹੁੰਦਾ ਇੱਦਾਂ ਮੈਨੂੰ ਜ਼ਿਆਦਾ ਈਜ਼ੀ ਲੱਗਿਆ ਤੁਸੀਂ ਵੀ ਇਹ ਚੀਜ਼ ਟਰਾਈ ਕਰ ਸਕਦੇ ਚੜ੍ਹਾਈ ਕਰਦੇ ਹੋਏ ਮੈਨੂੰ ਇੱਕ ਝਰਨਾ ਮਿਲਿਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆਵਾਜ਼ ਬਹੁਤ ਘੰਟਾ ਜੀ ਪਾਉਣੀ
ਬਾਕੀ ਤੁਹਾਨੂੰ ਮੈਂ ਰਸਤਾ ਦਿਖਾਉਂਦਾ ਕਿੰਨਾ ਸੋਹਣਾ ਆ। ਮਤਲਬ ਇੱਥੇ ਜਗ੍ਹਾ ਜਗ੍ਹਾ 'ਤੇ ਖਾਣ ਪੀਣ ਦੀਆਂ ਦੁਕਾਨਾਂ ਵੀ ਆ, ਉਹ ਦੇਖੋ। ਥੋੜ੍ਹਾ ਜਿਹਾ ਸੌਖਾ ਰਹਿੰਦਾ ਕਿਉਂਕਿ ਅਗਰ ਕਿਸੇ ਨੇ ਪਾਣੀ ਪੀਣਾ ਜਾਂ ਕੋਈ ਸਮਾਨ ਲੈਣਾ ਹੈ ਨਾ, ਉਹ ਲੈ ਸਕਦਾ। ਪੋਜ਼ੀਟਿਵ ਰਹਿ ਕੇ ਚੱਲੋ ਬਸ, ਯਾਰ ਐਨਰਜੀ ਪੂਰੀ ਬਣਾਈ ਰੱਖੋ, ਉੱਡਦੇ ਹੋਏ ਜਾਊਂਗੇ। ਹਾਲੇ ਤਾਂ ਫਿਲਹਾਲ ਉਤਰਾਈ ਆ, ਮੈਂ ਉੱਡਦਾ ਹੋਇਆ ਜਾ ਰਿਹਾ, ਮੇਰੇ ਕੋਲ ਸੁੱਟ ਹੀ ਨਹੀਂ ਹੈਗੀ, ਪੈਰ ਰੁਕ ਹੀ ਨਹੀਂ ਰਿਹਾ, ਆਪਣੇ ਆਪ ਹੀ ਭੱਜੀ ਜਾਂਦੇ ਆ ਬਸ। ਉਹ ਇੱਕ ਹੋਰ ਵਾਟਰਫਾਲ ਦਿਖਿਆ ਮੈਨੂੰ, ਕਿਆ ਬਾਤ ਹੈ। ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਯਾਰ, ਛੋਟਾ ਕਰਕੇ ਦਿਖਾਉਂਦਾ ਇੱਕ ਵਾਰ। ਬੱਦਲ ਦੇਖੋ ਉੱਤੇ, ਮੌਸਮ ਬਹੁਤ ਸੋਹਣਾ ਆ ਰਿਹਾ ਇੱਥੇ, ਜਿੱਥੇ ਸਾਨੂੰ ਬੜਾ ਵਧੀਆ ਵਿਊ ਮਿਲਦਾ ਨਾ, ਅਸੀਂ ਉੱਥੇ ਰੀਲ ਵਗੈਰਾ ਬਣਾਉਣ ਵਾਸਤੇ ਰੁਕ ਜਾਈਦਾ, ਅਤੇ ਹਾਲੇ ਥੋੜ੍ਹੇ ਜਿਹੇ ਪਿੱਛੇ ਰਹਿ ਗਏ ਹਾਂ। ਹੁਣ ਫਟਾਫਟ ਰਸਤਾ ਕਵਰ ਕਰ ਰਹੇ ਹਾਂ ਕਿ ਬਾਕੀ ਸਾਰਿਆਂ ਦੇ, ਆਹੋ ਬਾਕੀ ਸਾਰਿਆਂ ਦੇ ਬਰਾਬਰ ਪਹੁੰਚੀਏ। ਇਹ ਤਾਂ ਭਰਾਵਾ ਚੌਪਰ ਦਾ 20-25 ਗੇੜੇ ਮਾਰ ਚੁੱਕਾ ਸਾਡੇ ਚੱਲਦੇ ਚੱਲਦੇ। ਹੋਇਆ ਪੱਥਰ ਕਿੰਨਾ, ਉਹ ਲੱਗਾ ਘੈਂਟ ਜਿਹਾ, ਲੱਗਦਾ ਕਿਸੇ ਨੇ ਚੱਕ ਕੇ ਰੱਖਿਆ ਸੀ। ਇਹ ਭੀਮ ਰੱਖ ਕੇ ਗਿਆ ਸਾ, ਇਹ ਭੀਮ ਰੱਖ ਕੇ ਗਿਆ ਸਾ, ਉਠਾਇਆ ਨਹੀਂ। ਮਾਨਾ ਪਿੰਡ ਜਾਣਾ, ਮਾਨਾ ਪਿੰਡ ਦਾ ਵੀ ਸਾਡਾ ਬੰਦਾ ਵੇ ਹਲੇ, ਬਾਕੀ ਪਤਾ ਨਹੀਂ ਕੱਚਾ ਪੱਕਾ ਹੀ ਆ। ਜੇ ਹੋਇਆ ਤਾਂ ਦੱਸਾਂਗੇ, ਜੇ ਨਹੀਂ ਹੋਇਆ ਤਾਂ ਵੀ ਦੱਸਾਂਗੇ। ਆ ਜਾ ਆ ਜਾ, ਇਹਨਾਂ ਨੇ ਬੈਗ ਕਿੱਦਾਂ ਲਾਏ ਹੁੰਦੇ ਨਾ, ਸਿਰ ਦੇ ਨਾਲ ਬੰਨੇ ਹੁੰਦੇ ਬੈਗ, ਬੈਗ ਦੇਖੀ ਕਿੱਦਾਂ ਸਿਰ ਦੇ ਨਾਲ ਲਾਇਆ ਹੋਇਆ। ਪ੍ਰੈਕਟਿਸ ਪ੍ਰੈਕਟਿਸ ਜਿਹੜੀ ਸਾਨੂੰ ਹੈ ਨਹੀਂ, ਅਤੇ ਆਪਾਂ ਥੱਕੇ ਪਏ ਹਾਂ। ਇੱਕ ਵਾਟਰਫਾਲ ਤੁਹਾਨੂੰ ਪਿੱਛੇ ਦਿਖਾਇਆ ਸੀ ਨਾ, ਇੱਕ ਆਹ ਦੇਖੋ ਕਿੰਨੇ ਉੱਪਰੋਂ ਆ ਰਿਹਾ, ਜ਼ੂਮ ਕਰਕੇ ਦਿਖਾਉਂਦਾ। ਅੱਛਾ ਅੱਛਾ, ਕਿੰਨਾ ਸੋਹਣਾ ਲੱਗ ਰਿਹਾ, ਪਾਣੀ ਦੀ ਆਵਾਜ਼ ਇੱਥੇ ਇੰਨੀ ਸੋਹਣੀ ਆ ਰਹੀ ਹੈ ਨਾ, ਕਿਆ ਹੀ ਬਾਤ ਹੈ। ਕਿਹੜਾ ਉਹ ਦੇਖੋ, 2 ਮਿੰਟ ਤੁਹਾਨੂੰ ਦਿਖਾਉਣਾ ਇੱਥੋਂ ਦੀ, ਜੇ ਦਿਖਦਾ ਇੱਥੋਂ ਪੋਸੀਬਲ ਹੁੰਦਾ ਤਾਂ ਮੈਂ ਦਿਖਾਉਂਦਾ। ਉਹ ਦੇਖੋ ਪਿੱਛੇ ਦਿਖ ਰਿਹਾ ਵਾਈਟ ਪਹਾੜ, ਉੱਥੇ ਤੱਕ ਜਾਣਾ ਅਸੀਂ, ਅਤੇ ਹਾਲੇ ਅਸੀਂ ਅੱਧੇ ਰਾਹ ਵੀ ਨਹੀਂ ਪਹੁੰਚੇ ਸ਼ਾਇਦ, ਹੈ ਨਾ। ਟੋਟਲ ਰਾਹ ਆਪਣਾ ਕਿੰਨੇ ਕਿਲੋਮੀਟਰ ਸੀਗਾ? 13 ਕਿਲੋਮੀਟਰ। ਹਾਂਜੀ, ਅਤੇ ਆਪਣਾ ਰਾਹ 13 ਕਿਲੋਮੀਟਰ ਦਾ ਸੀਗਾ, ਲਗਭਗ ਕਿੰਨੇ ਕਿਲੋਮੀਟਰ ਆਪਾਂ ਕਰ ਲਿਆ ਕਵਰ? ਮੁੱਲਾ ਕੀ ਜਾਣੇ, ਮੈਂ ਸਾਨੂੰ ਪਤਾ ਨਹੀਂ ਆਪਾਂ ਕਿੰਨਾ ਕਵਰ ਕਰ ਲਿਆ, ਬਸ ਤੁਰੀ ਜਾਂਦੇ ਹਾਂ। ਜਦੋਂ ਪਹੁੰਚ ਜਾਵਾਂਗੇ ਤਾਂ ਉਦੋਂ ਦੱਸ ਦਾਂਗੇ, ਬਸ ਐਨਰਜੀ ਆਪਣੇ 'ਚ ਫੁੱਲ ਆ, ਆਪਾਂ ਪਹੁੰਚ ਜਾਣਾ। ਸਾਰੇ ਇੱਥੇ ਫੋਟੋ ਖਿਚਾਉਣ ਵਾਸਤੇ ਖੜ੍ਹੇ ਆ। ਮਾਰ ਮਾਰ ਚੱਕੇ ਮਾਰ, ਇੱਥੇ ਦੇਖੋ ਲੈਂਡਸਲਾਈਡ ਹੋਈ ਹੋਈ ਆ। 2013 'ਚ ਇੱਥੇ ਫਲੱਡ ਆਏ ਸੀਗੇ, ਇੰਨੇ ਵੀ ਪੱਥਰ ਆ ਪਏ ਆ ਨਾ ਸਾਰੇ, ਜਦ ਫਲੱਡ ਆਇਆ ਸੀ ਨਾ ਉਦੋਂ। ਸਹੀ ਗੱਲ ਹੈ, ਆ ਜਿੰਨੇ ਪੱਥਰ ਦਿਖ ਰਹੇ ਨਾ ਤੁਹਾਨੂੰ, ਆ ਸਾਰੇ ਲੈਂਡਸਲਾਈਡ 'ਚ ਆਏ ਸੀਗੇ 2013 'ਚ ਨੀਚੇ। ਅਤੇ ਆਪਾਂ ਹੁਣੇ ਦੋਨੋਂ ਆਰਾਮ ਨਾਲ ਲੰਘਦੇ ਪਏ ਸੀ, ਇੱਕ ਬੰਦਾ ਨਾ ਫੋਟੋ ਖਿੱਚਦਾ ਪਿਆ ਸੀ, ਅਤੇ ਸਾਹਮਣੇ 2-3 ਬੰਦੇ ਖੜ੍ਹੇ ਸੀ, ਉਹ ਰਾਮ ਐਂ ਲੱਗ ਰਹੀ ਜਿਵੇਂ ਪੋਜ਼ ਮਾਰ ਕੇ ਖੜ੍ਹੇ ਹੋਏ, ਐਂ ਲੱਗਿਆ ਕਿ ਉਹੀ ਉਹਨਾਂ ਦੀ ਫੋਟੋ ਖਿੱਚ ਰਿਹਾ। ਆਪਾਂ ਰੁਕ ਗਏ, ਅਤੇ ਬਾਅਦ 'ਚ ਆਪਾਂ 2 ਮਿੰਟ ਰੁਕੇ, ਫਿਰ ਸਾਨੂੰ ਕਹਿੰਦਾ ਇਹ ਨਹੀਂ 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 ਅਸੀਂ ਸੈਲਫੀ ਖਿੱਚ ਰਹੇ ਹਾਂ, ਤਾਂ ਉਹਨਾਂ ਦੀ ਫੋਟੋ ਵੀ ਖਿੱਚ ਰਹੇ। ਪਹਿਲੇ ਨਾਲੋਂ ਸਾਡੀ ਸਪੀਡ ਕਾਫੀ ਤੇਜ਼ ਹੋ ਗਈ ਆ, ਸਟਾਰਟਿੰਗ 'ਚ ਤਾਂ 5 ਮਿੰਟ ਚੜ੍ਹਦੇ ਸੀ, 5 ਮਿੰਟ ਬਹਿ ਜਾਂਦੇ ਸੀ, 5 ਮਿੰਟ ਚੜ੍ਹਦੇ ਸੀ, 5 ਮਿੰਟ ਬਹਿ ਜਾਂਦੇ। ਸਟਾਰਟਿੰਗ 'ਚ ਚੜ੍ਹਾਈ ਵੀ ਥੋੜ੍ਹੀ ਖੜ੍ਹੀ ਆ ਇੱਕਦਮ, ਅਤੇ ਥੋੜ੍ਹੀ ਅੱਗੇ ਆ ਕੇ ਠੀਕ ਹੋ ਜਾਂਦੀ। ਸਾਰੇ ਹੌਲੀ ਹੌਲੀ ਤੁਰੇ ਆ ਰਹੇ ਇੱਥੇ। ਮੌਸਮ ਸੋਹਣਾ ਹੋ ਗਿਆ ਹੈ ਨਾ, ਛਾਂ ਹੋ ਗਈ, ਅਤੇ ਹੁਣ ਥੋੜ੍ਹਾ ਥੋੜ੍ਹਾ ਠੰਡਾ ਹੋਣਾ ਸ਼ੁਰੂ ਹੋ ਜਾਊਗਾ ਮੌਸਮ, ਹੈ ਨਾ। ਵਧੀਆ ਇੱਥੇ ਪੇੜਾਂ ਦੀ ਛਾਂ ਹੈ ਨਾ, ਤਾਂ ਧੁੱਪ ਨਹੀਂ ਹੈਗੀ, ਵਧੀਆ ਲੱਗ ਰਿਹਾ। 5 ਮਿੰਟ ਬਹਿ ਜਾਓ ਨਾ, ਪੈਰ ਥੈਂਕ ਯੂ ਕਰਨ ਲੱਗ ਜਾਂਦੇ ਆ।